ਬਈ ਉਹ ਮਾਣੂ ਵਾਲੀ ਮੰਡੀ ਜਾਣਕਾਰੀ ਦਿਓ ਕੀ ਚੱਕਰ ਸੀਗਾ ਉਹ ਜਿਹੜੀ ਗੱਡੀ ਨੂੰ ਅੱਗ ਲਾਈ ਆ ਉਹ ਯਾਰ ਬਾਈ ਕੋਈ ਨਾ ਹਰੀ ਕੁਮਾਰ ਉੱਪਰ ਜਗਦੇਸ਼ ਨਾਲ ਵਸ ਝੰਡਿਆਣਾ ਅੱਛਾ ਜੀ ਕਨੇਡਾ ਤੋਂ ਆਇਆ ਸੀਗਾ ਓਕੇ ਇਹਨਾਂ ਦੇ ਘਰੇ ਨਾ ਵਿਆਹ ਦਾ ਸਮਾਗਮ ਸੀ ਤੇ ਭਰਾ ਸੀ ਭੁਪਿੰਦਰ ਦਾ ਅੱਛਾ ਕਿੱਥੇ ਕਿਹੜੀ ਜਗ੍ਹਾ ਉੱਥੇ ਝੰਡਿਆਣੇ ਹਾਂ ਝੰਡਿਆਣੇ ਓਕੇ ਇਹਦੇ ਨਾਨਕੇ ਆ ਜਿਹੜੇ ਇਹ ਮਾਣੂਕੇ ਓਕੇ ਇਹ ਅਸੀਂ ਨਾਨੀ ਨੂੰ ਲੈਣ ਆਇਆ ਸੀ ਕਲਾਸ਼ ਹੁੰਤੀ ਨੂੰ ਅੱਛਾ ਠੀਕ ਹੈ ਤੇ 9 ਕੁ ਵਜੇ ਤਕਰੀਬਨ ਆਇਆ ਸੀ 10:15 ਵਜੇ ਤਿਆਰੀ ਤੁਰੀ ਕਰਕੇ ਗੱਡੀ ਦੇ ਵਿੱਚ ਬਹਿ ਕੇ ਗੱਡੀ ਬੈਕ ਕਰੀ ਜਾਂਦਾ ਸੀ ਅੱਛਾ ਜੀ ਉਹ ਬੰਦੇ ਖੜੇ ਸੀ ਉੱਥੇ ਕਿਤੇ ਓਕੇ ਹਾਂਜੀ ਹਾਂਜੀ ਉਹ ਬੰਦੇ ਕੌਣ ਸੀ ਉਹ ਇੱਕ ਸੀਗਾ ਗੋਪੀ ਇਹਨਾਂ ਦੇ ਰਿਸ਼ਤੇਦਾਰ ਸੀ ਉਹ ਬੋੜਾ ਨੇ ਜੀ ਵੈਸੇ ਜੀ ਪਿੰਡ ਦੇ ਬੰਦੇ ਅੱਛਾ ਜੀ ਤੇ ਕ੍ਰਿਸ਼ਨ ਪਾਲੀ ਅੱਛਾ ਜੀ ਸੰਦੀਪ ਓਕੇ ਹਾਂਜੀ ਇਹ ਕਹਿੰਦੇ ਤੂੰ ਗੱਡੀ ਸਾਡੇ ਵਿੱਚ ਮਾਰੇਂਗੇ ਇੱਧਰ ਦੀ ਬੈਕ ਕਰਦੇ ਹੋ ਕਹਿੰਦਾ ਜੇ ਜਗ੍ਹਾ ਹੈ ਨਹੀਂ ਯਾਰ ਜਗ੍ਹਾ ਘੱਟ ਦੇ ਮੈਂ ਹੋਰ ਕਿੱਧਰ ਦੀ ਬੈਕ ਕਰਾਂ ਇਹਨੇ ਚ ਇਹਨਾਂ ਦੀ ਤਕਰਾਰ ਵੱਧ ਗਈ ਓਕੇ ਤਕਰਾਰ ਵੱਧ ਤੋਂ ਬਾਅਦ ਤਾਂ ਇਹਨਾਂ ਨੇ ਗੱਡੀ ਗੁੱਡੀ 'ਚ ਰੋੜੇ ਮਾਰਨੇ ਸ਼ੁਰੂ ਕਰਤੇ ਓਕੇ ਅਤੇ ਕੋਈ ਬੈਗ ਬੂਗ ਵੀ ਸੀਗਾ ਇਹਨਾਂ 'ਚ ਪੈਸੇ ਪੂਸੇ ਸੀਗੇ ਕੋਈ ਜਵੈਲਰੀ ਸੀ ਅੱਛਾ ਜੀ ਹਾਂ ਦੋ ਤਿੰਨ ਘੜੀਆਂ ਸੀਗੀਆਂ ਓਕੇ ਉਹ ਚੱਕ ਕੇ ਭੱਜ ਕੇ ਸਿੰਗਰ ਦੇ ਨਾਲ ਜਾਂਦੇ ਹੋ ਗੱਡੀ ਨੂੰ ਅੱਗ ਲਾ ਦੇ ਅਤੇ ਪਰਿਵਾਰ ਦਾ ਕੋਈ ਨੁਕਸਾਨ ਤਾਂ ਨਹੀਂ ਨਹੀਂ ਜੀ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਜੀ ਵਿੱਚ ਕਿੰਨੇ ਜਾਣੇ ਸੀ ਗੱਡੀ 'ਚ ਉਦੋਂ ਪਰਿਵਾਰ ਦਾ ਇੱਕ ਗੱਡੀ 'ਚ 4 ਜਾਣੇ ਸੀ ਜੀ ਇੱਕ ਹਨੀ ਕੁਮਾਰ ਇੱਕ ਉਹਦੀ ਮਿਸਿਜ ਕਰਮਜੀਤ ਇੱਕ ਕਲਾਸ 1 80 ਕੁ ਸਾਲ ਦੀ ਇੱਕ ਇਹਨਾਂ ਦੀ ਬੱਚੀ ਸੀ ਅਵੀ ਕੌਰ ਓਕੇ ਉਹ ਛੋਟੀ ਜੀ ਸੀਗੀ 2 ਸਾਲ ਦੀ ਹਾਂ 2 ਸਾਲ ਦੀ ਉਹਨਾਂ ਨੂੰ ਫਿਰ ਕਿਵੇਂ ਕੱਢਿਆ ਜਦੋਂ ਵਿੱਚੋਂ ਨਿਕਲ ਗਏ ਉਦੋਂ ਬਾਅਦ ਅੱਗ ਲਾਈ ਗੱਡੀ ਨੂੰ ਉਹਨਾਂ ਨੇ ਹਾਂਜੀ 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 ਪਰ ਜੋ ਰੋੜੇ ਮਾਰ ਲੱਗੇ ਤੇ ਬਾਹਰ ਨਿਕਲ ਗਏ ਓਕੇ ਮੋਗਾ ਦੇ ਪਿੰਡ ਮਾਣੂਕੇ ਵਿਖੇ ਕੱਲ ਰਾਤ ਨੂੰ ਪਰਿਵਾਰ ਦੀਆਂ ਅੱਖਾਂ ਸਾਹਮਣੇ ਸਕੋਰਪੀਓ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਅੱਗ ਲਗਾਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਬੈਕ ਕਰਨ ਲਈ ਹੋਈ ਕਹਾਸੁਣੀ ਤੋਂ ਬਾਅਦ ਤੈਸ਼ ਵਿੱਚ ਆ ਕੇ ਪਿੰਡ ਦੇ ਕੁਝ ਮੁੰਡਿਆਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਆਹ ਦੇਖੋ ਮੂੰਹ ਬੋਲਦੀਆਂ ਤਸਵੀਰਾਂ ਕੱਲ ਮਿਤੀ 1/21 ਨੂੰ ਹਨੀ ਕੁਮਾਰ ਪੁੱਤਰ ਜਗਦੀਸ਼ ਕੁਮਾਰ ਜੋ ਕਿ ਝੰਡਿਆਣੇ ਦਾ ਰਹਿਣ ਵਾਲਾ ਹੈ ਆਪਣੀ ਵਾਈਫ ਨਾਲ ਆਪਣੇ ਨਾਨਕੇ ਪਿੰਡ ਮਾਣੂਕੇ ਗਿੱਲ ਆਇਆ ਸੀ ਜਿੱਥੇ ਕਿ ਗੱਡੀ ਨੂੰ ਬੈਕ ਕਰਦੇ ਸਮੇਂ ਉਹਦਾ ਕੋਈ ਉੱਥੇ 5-6 ਮੁੰਡੇ ਖੜ੍ਹੇ ਸੀ ਉੱਥੇ ਝਗੜਾ ਹੋ ਗਿਆ ਜੋ ਮੁੰਡਿਆਂ ਨੇ ਤੈਸ਼ ਵਿੱਚ ਆ ਕੇ ਗੱਡੀ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਹਨੀ ਕੁਮਾਰ ਆਪਣੇ ਨਾਨਕਿਆਂ ਘਰ ਵੜਨ ਲੱਗਾ ਤਾਂ ਇਹਨਾਂ ਨੇ ਉਹਦੀ ਸਕਾਰਪੀਓ ਗੱਡੀ ਹੈ ਉਹਨੂੰ ਅੱਗ ਲਾ ਕੇ ਵਿੱਚ ਜੋ ਇੱਕ ਬੈਗ ਪਿਆ ਸੀ ਕੁਝ ਪੈਸੇ ਸੀ ਕੁਝ ਸੋਨਾ ਸੀ ਉਹ ਲੈ ਕੇ ਤੂੰ ਫਰਾਰ ਹੋ ਗਏ ਜਿਸ ਸੰਬੰਧੀ ਅਸੀਂ ਥਾਣਾ ਨਿਹਾਲ ਸਿੰਘਾਂ ਵਿਖੇ ਮੁਕਦਮਾ ਨੰਬਰ 45 ਹੈ ਅੰਡਰ ਸੈਕਸ਼ਨ 436 379 354 148 IPC ਦਰਜ ਰਜਿਸਟਰ ਕੀਤਾ ਗਿਆ ਜਿਸ ਸੰਬੰਧੀ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤ ਕਰਨ ਲਈ ਵੱਖ ਵੱਖ ਜਗ੍ਹਾ ਤੇ ਰੇਡ ਕਰਨ ਲਈ ਜਿਹੜੀਆਂ ਪੁਲਿਸ ਪਾਰਟੀਆਂ ਭੇਜੀਆਂ ਗਈਆਂ ਭਾਰਤ ਸੰਦੇਸ਼ ਲਈ ਮੋਗਾ ਤੋਂ ਬਲਜੀਤ ਸਿੰਘ ਧਾਲੀਵਾਲ ਦੇ ਨਾਲ ਭੁਪਿੰਦਰ ਜੋੜਾ ਦੀ ਰਿਪੋਰਟ